ਸਤਿਕਾਰ ਦੋਸਤੋ, ਇਸ ਵੇਲੇ ਅਸੀਂ ਸਮਾਣੇ ਤੋਂ ਅੱਗੇ ਇੱਕ ਜਿਹੜਾ ਸਤਰਾਣਾ ਬਲਾਕ ਦਾ ਪਿੰਡ ਆ ਦੋਦੜਾ, ਉੱਥੇ ਖੜੇ ਹਾਂ। ਅਤੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ 'ਚ ਦੇਖ ਰਹੇ ਹੋ ਵੀ ਇੱਕ ਜਿਹੜਾ ਮਿੱਟੀ ਦਾ ਧੂੜ ਮਿੱਟੀ ਦਾ ਇੱਕ ਬਹੁਤ ਹੀ ਵੱਡਾ ਜਿਹੜਾ ਕਲਾਊਡ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਮੰਨ ਲਓ ਨਾ, ਉਹ ਬਣਿਆ ਹੋਇਆ ਅਤੇ ਦਿੱਲੀ ਦੀ ਚਰਚਾ ਟੀਵੀ ਚੈਨਲਾਂ ਦੇ ਉੱਤੇ ਚੱਲ ਰਹੀ ਹੈ। ਉੱਥੇ 431 ਆ ਅਤੇ ਆਪਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 459 ਹੈ, ਲੁਧਿਆਣੇ ਦੇ ਵਿੱਚ 488 ਆ ਅਤੇ ਮੰਡੀ ਗੋਬਿੰਦਗੜ੍ਹ 500, ਜਿਹੜੀ ਕਿ ਮਤਲਬ ਤਕਰੀਬਨ 30 ਜਾਂ 40 ਹੋਣੀ ਚਾਹੀਦੀ ਹੈ। ਇਹਨੂੰ ਏਅਰ ਕੁਆਲਿਟੀ ਇੰਡੈਕਸ ਕਹਿੰਦੇ, ਵੀ ਜਿਹੜਾ ਹਵਾ ਹੈਗਾ, ਜਿਹੜੀ ਪੰਜਾਬ ਦੀ ਹਵਾ ਹੈ। ਤੁਸੀਂ ਪਾਣੀ ਦਾ ਜ਼ਿਕਰ ਤਾਂ ਸੁਣ ਰਹੇ ਹੋ, ਲੇਕਿਨ ਪੰਜਾਬ ਦੀ ਹਵਾ ਇੰਨੀ ਜ਼ਿਆਦਾ ਦੂਸ਼ਿਤ ਹੈ ਕਿ ਇਹ ਸਾਹ ਲੈਣ ਦੇ ਕਾਬਿਲ ਨਹੀਂ ਹੈ। ਖਾਸ ਕਰਕੇ ਜਿਹੜੀਆਂ ਔਰਤਾਂ ਗਰਭਵਤੀ ਹੈ, ਛੋਟੇ ਬੱਚੇ ਆ, ਜਿਹਨਾਂ ਨੂੰ ਕੋਈ ਸਾਹ ਦੀ ਬਿਮਾਰੀ ਪਹਿਲਾਂ ਹੀ ਆ, ਦਮੇ ਦੀ ਜਾਂ ਕੁਛ ਬਿਮਾਰੀ ਆ, ਉਹਨਾਂ ਵਾਸਤੇ ਤਾਂ ਇਹ ਘਾਤਕ ਹੈ, ਜਾਨਲੇਵਾ ਹੈ। ਔਰ ਹਜ਼ਾਰਾਂ ਬੰਦੇ ਜਿਹੜੇ ਹੈਗੇ ਆ ਉਹ ਹਵਾ ਖਰਾਬ ਹੋਣ ਕਰਕੇ ਹਸਪਤਾਲਾਂ ਦੇ ਵਿੱਚ ਪਏ ਹੋਏ ਆ। ਇਹਦਾ ਜਿਹੜਾ ਮੇਨ ਜਿਹੜਾ ਕਾਰਨ ਹੈ ਕਿ ਜਿਹੜੀ NGTR ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਉਹਦੀਆਂ ਜਿਹੜੀਆਂ ਗਾਈਡਲਾਈਨਸ ਆ, ਜਿੰਨੀਆਂ ਪੰਜਾਬ ਦੇ ਵਿੱਚ ਸੜਕਾਂ ਬਣ ਰਹੀਆਂ, ਉਹ ਜਿੰਨੀ ਮਿੱਟੀ ਉਡਾਉਂਦੇ ਆ, ਜਿਹੜੀ ਕੰਸਟਰਕਸ਼ਨ ਐਕਟੀਵਿਟੀ ਚੱਲ ਰਹੀ ਆ, ਗੱਡੀਆਂ ਫੈਕਟਰੀਆਂ ਵੀ ਇਹਦੇ ਵਿੱਚ ਵੀ ਆਉਂਦੀਆਂ, ਅਤੇ ਇਹ ਜਿਹੜੇ ਸਾਰੇ ਕਾਰਨ ਹੈਗੇ ਆ, ਜਿਹੜੇ ਆਪਣੇ ਥਰਮਲ ਪਲਾਂਟ ਇਹਨਾਂ ਨੇ ਪੰਜਾਬ ਦੇ ਵਿੱਚ ਇੰਨੇ ਸਾਰੇ ਲਗਾ ਦਿੱਤੇ ਹੋਏ ਆ, ਇਹ ਸਾਰੇ ਮਿਲ ਕੇ ਜਿਹੜੀ ਪੰਜਾਬ ਦੇ ਪਾਣੀਆਂ ਨਾਲੋਂ ਜ਼ਿਆਦਾ ਜਿਹੜੀ ਬੁਰੀ ਹਾਲਤ ਹੈ ਉਹ ਇਸ ਵੇਲੇ ਹਵਾ ਦੀ ਆ, ਜਿਹਦਾ ਕਿਸੇ ਵੇਲੇ ਪੰਜਾਬ ਦੇ ਵਿੱਚ ਘੱਟੋ ਘੱਟ ਜ਼ਿਕਰ ਨਹੀਂ ਹੋ ਰਿਹਾ। ਇਹ ਬਿਲਕੁਲ ਰੈੱਡ ਜ਼ੋਨ ਦੇ ਵਿੱਚ ਹੈ। ਅਤੇ ਪਾਣੀ ਵਾਸਤੇ ਤਾਂ ਮੈਂ ਕਹੂੰਗਾ ਕਿ ਤੁਸੀਂ ਸ਼ਾਇਦ RO ਲਗਾਇਆ ਹੋਏਗਾ, ਬੋਤਲ ਦਾ ਪਾਣੀ ਪੀ ਲਓਗੇ, ਲੇਕਿਨ ਹਵਾ ਦੇ ਵਿੱਚ ਤਾਂ ਇਸੇ ਦੇ ਵਿੱਚ ਸਾਹ ਲੈਣਾ, ਜਿਹੜੀ ਕਿ ਸਾਹ ਲੈਣ ਦੇ ਕਾਬਿਲ ਨਹੀਂ ਹੈ। ਅਤੇ ਮੈਂ ਆਪਣੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਵਾਲੇ ਲੋਕ ਸਾਹ ਲੈਣ ਵਾਸਤੇ ਕਿੱਥੇ ਜਾਣ। ਤੁਸੀਂ ਨੋਟ ਕੀਤਾ ਹੋਵੇਗਾ ਕਿ ਆਪਣੇ ਯੁੱਗ ਨੂੰ ਸ਼ਹਿਦ ਦੀਆਂ ਮੱਖੀਆਂ, ਭੰਵਰੇ, ਜਿੰਨੇ ਵੀ ਮੈਂ ਨਾਂ ਲਈ ਚੱਲਾਂ, ਤਿੱਤਲੀਆਂ, ਇਹ ਸਾਰੇ ਖਤਮ ਹੋ ਗਏ ਆ ਪੰਜਾਬ ਦੇ ਵਿੱਚੋਂ। ਅਤੇ ਇੱਕ ਅਲਬਰਟ ਆਇਨਸਟਾਈਨ ਸਾਇੰਟਿਸਟ ਹੋਇਆ, ਉਹਨੇ ਕਿਹਾ ਸੀ ਵੀ ਜਦੋਂ ਸ਼ਹਿਦ ਦੀਆਂ ਮੱਖੀਆਂ ਆਪਣੇ ਮਖਿਆਲ ਖਤਮ ਹੋ ਗਏ, ਵੀ ਜਦੋਂ ਖਤਮ ਹੋ ਜਾਣਗੀਆਂ, ਇਨਸਾਨ ਨੂੰ 4-5 ਸਾਲ ਮਿਲਣਗੇ, ਉਸ ਤੋਂ ਬਾਅਦ ਇਨਸਾਨ ਵੀ ਹੌਲੀ ਹੌਲੀ ਕਰਕੇ ਸਹਿਕ ਸਹਿਕ ਕੇ ਮਰਨਗੇ। ਅਤੇ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰੂੰਗਾ ਕਿ ਜਿਹੜੀ ਸਾਡੀ ਸਰਕਾਰ ਹੈ, ਜਿੰਨੇ ਵੀ ਸਾਡੇ TV ਚੈਨਲ ਆ, ਜਿੰਨੇ ਵੀ ਸਾਡੇ ਅਖਬਾਰਾਂ ਵਾਲੇ ਆ, ਜਿੱਥੇ ਤੱਕ ਵੀ ਜਿਹੜੀ ਤੁਸੀਂ ਇਹ ਸਾਰਿਆਂ ਨਾਲ ਸ਼ੇਅਰ ਕਰੋ ਕਿ ਜਿਹੜੀ ਪੰਜਾਬ ਦੀ ਜਿਹੜੀ ਪਾਣੀ ਨਾਲੋਂ ਜ਼ਿਆਦਾ ਜਿਹੜੀ ਮਾੜੀ ਹਾਲਤ ਹੈ ਉਹ ਪੰਜਾਬ ਦੀ ਹਵਾ ਦੀ ਹੈ, ਜਿਹਦੇ ਬਾਰੇ ਗੁਰੂਆਂ ਨੇ ਕਿਹਾ ਸੀ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ। ਅਤੇ ਧਰਤੀ ਦੀ ਵੀ ਗੱਲ ਆਪਾਂ ਕਿਸੇ ਵੇਲੇ ਕਰਾਂਗੇ। ਮੈਂ ਇੱਕ ਪਿੰਡ ਦੇ ਵਿੱਚ ਗਿਆ ਸੀ ਅੱਜ, ਅਸੀਂ ਕਮਾਲਪੁਰ ਜਾਣਾ ਸੀ, ਮੇਰੇ ਨਾਲ ਜਗਦੇਵ ਜੀ, JP ਜੀ, ਮੇਰੇ ਜਿਹੜੇ ਸਾਰੇ ਸੱਜਣ, ਅਸੀਂ ਜਾ ਰਹੇ ਸੀ, ਉੱਥੇ ਕੋਈ ਫੰਕਸ਼ਨ ਸੀਗਾ, ਅਤੇ ਮੈਂ ਕਿਹਾ ਸੀ ਪਿੰਡ ਵਿੱਚ ਜਾਵਾਂਗੇ, ਤਾਜ਼ੀ ਹਵਾ, ਜਿਹੜੀ ਆਬੋ ਹਵਾ ਉੱਥੇ ਦੀ ਹੋਏਗੀ। ਲੇਕਿਨ ਪਿੰਡਾਂ ਦੇ ਵਿੱਚ ਵੀ ਉਹੀ ਹਾਲ ਹੈ, ਸਾਰੇ ਪੰਜਾਬ ਦੇ ਵਿੱਚ ਜਿਹੜੀ ਹਵਾ ਹੈਗੀ ਉਹ ਸਾਹ ਲੈਣ ਦੇ ਕਾਬਿਲ ਨਹੀਂ ਹੈ। ਇਹ ਜ਼ਰੂਰ ਤੁਸੀਂ ਜਿਹੜਾ ਹੈਗਾ ਇਹ ਸਰਕਾਰ ਤੱਕ, ਉਹਨਾਂ ਦੇ ਕੰਨਾਂ ਤੱਕ, ਜਿਹੜੀ ਗੂੰਗੀ ਬਾਰੀ ਸਰਕਾਰ ਹੈ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਓ। ਬਹੁਤ ਬਹੁਤ ਧੰਨਵਾਦ।